ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8420701917। ਸੋ ਅੱਜ ਦੀ ਵੀਡੀਓ 'ਚ ਪਲੂਣ ਝੋਟੀ ਸੂਈ ਵੀ ਤੇ ਇੱਕ ਸੂਨ ਵਾਲੀ ਤੇ ਇੱਕ ਮੋਹਰ ਨਸਲ ਦਾ ਐਮ29 ਦਾ ਕੱਟਾ, ਇਹ 3 ਲੱਖ ਸੇਲ ਆ, ਘਰੇਲੂ ਪਸ਼ੂ ਆ, ਕੋਈ ਵਪਾਰ ਦਾ ਕੰਮ ਨਹੀਂ। ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਆਪਣਾ ਬਾਈ ਸਦਾਕਰ ਸਿੰਘ, ਪਿੰਡ ਰੂੜੇਕੇ, ਜ਼ਿਲ੍ਹਾ ਆਪਣਾ ਪੈਗਾ ਬਰਨਾਲਾ, ਹੈ ਨਾ, ਰੂੜੇਕੇ ਕਲਾ। ਆਪਣਾ ਘਰ ਆ ਗਿਆ ਤਾਜੋ ਵਾਲੀ ਸੜਕ ਦੇ ਸਿੰਘ, ਤੇ ਮੋਬਾਈਲ ਨੰਬਰ ਆਪਣਾ ਜੀ ਮੱਲੂ ਕੇ ਵੱਜਦੇ ਬਾਈ, ਇੱਥੋਂ ਮਰਜ਼ੀ ਪੁੱਛ ਲਓ। ਠੀਕ ਆ, ਮੋਬਾਈਲ ਨੰਬਰ ਜੀ 9953 5362। ਇਹ ਆਪਣੇ ਘਰ ਦੇ ਪੁੱਛੋ ਤਿੰਨੇ ਜੀ, ਤਿੰਨੇ ਘਰ ਦੇ। ਠੀਕ ਆ, ਪਹਿਲੇ ਨੰਬਰ ਆਪਾਂ ਜਿਹੜੀ ਪਲੂਣ ਕੱਟੀ ਦੇਖ ਲਿਆ, ਕਿਆ ਇੱਕ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਅੱਜ 9ਵਾਂ ਦਿਨ ਹੈ ਬਾਈ, 10 ਕਿਲੋ ਹੁਣ ਬੋਲਾ ਤਿਆਰ ਹੈ। 10 ਕਿਲੋ ਦਾ ਹਾਜ਼ਰਾ ਪਿੱਛੇ ਇਹਦੇ ਕੱਟੀ ਆ। ਕਿਹੜੇ ਸਾਨ ਦੀ ਹੈ ਜੀ ਇਹ ਬਾਈ? ਸਾਨ ਦੀ ਆਪਣੇ ਆਪ ਦੀ ਆ, ਪਹਿਲਾਂ ਦੀ ਘਰ ਦਾ ਸਾਨ ਹੀ ਸੀ। ਘਰ ਦਾ ਸਾਨ, ਅਸੀਂ ਇਹ ਤੋਂ ਪਹਿਲਾਂ ਇੱਕ ਹੋਰ ਸਾਨ ਸੀ ਆਪਣੇ ਕੋਲ, ਚੰਗਾ ਸਾਨ ਸੀ, ਵਧੀਆ ਚੰਗਾ, ਪੂਰਾ ਚੋਟੀ ਦਾ ਬਾਈ। ਆਪਾਂ 20 ਲੀਟਰ ਪਲੱਸ ਤੋਂ ਘੱਟ ਰੱਖਦੇ ਨਹੀਂ। ਅੱਛਾ, ਕੱਟਾ ਆਪਦਾ ਘਰੇ ਪਾਲ ਕੇ ਰੱਖਦੇ? ਹਾਂ, ਇਹਦੀ ਮੱਝ ਵੇਚੀ ਆਪਾਂ ਉਦੋਂ ਵੀਡੀਓ ਬਣਾਈ ਤੇ 18 ਲੀਟਰ ਇਹਦੀ ਮਾਂ ਥੱਲੇ, 25 ਜੇ ਫਿਰ ਮਿਲ ਕੇ। ਅੱਛਾ, ਆਹ ਝੋਟੀ ਜੀ ਮਾਂ ਥੱਲੇ? ਹਾਂ। ਠੀਕ ਹੈ, ਅੱਜ ਹੁਣ 10 ਕਿਲੋ ਦੁੱਧ ਹਾਜ਼ਰ ਆ, 10 ਲੀਟਰ ਮਿਲ ਕੇ ਦੇਵਾਂਗੇ। ਚੋਣ ਚ ਬਾਈ ਓਕੇ ਆ? ਮਾਂ ਜਮਾ ਓਕੇ। ਤੇ ਲਗਭਗ ਹੂ ਚੌਗੀ ਮੂੰਹ ਕਿ ਨਹੀਂ ਦੇਖੇ ਨਹੀਂ ਦਿੰਦਾ? ਦੋ ਦਾਂ ਦਾ ਬਾਈ, ਦੋ ਦਾਂ ਦਾ। ਹਾਂ। ਤੇ ਮੁੱਲੇ ਦਾ ਕੀ ਰੱਖਿਆ? ਮੁੱਲੇ ਦਾ ਪੂਰਾ 1 ਲੱਖ ਰੁਪਈਆ ਜੀ। ਗੁੰਜਾਇਸ਼ ਤਾਂ ਨਹੀਂ ਕਰਾਂਗਾ ਮੈਂ, ਤੋਰਿਓ ਬਾਹਰ ਨੂੰ। ਸੋ ਵੀਰੋ, ਪੂਰਾ ਮੁੱਲ 1 ਲੱਖ ਰੁਪਈਆ, ਤੇ ਪਿੱਛੇ ਕੱਟੀ ਆ, ਕਿਆ ਪਤਾ, ਪੂਰੀ ਸੋਹਣੀ ਸਾਫ਼ ਸੁਥਰੀ। ਤੇ ਵੀਡੀਓ ਕਵਰ ਕਰਦਾ ਟਾਈਮ ਆਪਣਾ 11 ਵਜੇ ਦਾ ਲਗਭਗ ਦਾ ਹੋ ਸਕਦਾ, ਉਹਨਾਂ ਗੈਸ ਕਰ ਲਿਓ। 1 ਲੱਖ ਰੁਪਈਆ ਕੀਮਤ ਦਾ ਪਲੂਣ ਝੋਟੀ ਮੂੰਹ, ਦੋ ਦਾ ਸੀ ਵੀ ਨਵਾਂ ਹਾਣਾ, ਕਿਆ ਪਤਾ, ਝੋਟੀ ਪੂਰੀ ਸੋਹਣੀ ਸੁਰੱਖਿਆ, ਸਾਫ਼ ਸੁਥਰੀ, ਥਣ ਲੇਵਾ ਤੇ ਮੂੰਹ ਦੋ ਦੰਦ ਬਿਲਕੁਲ। ਸੋ ਲੇਵੇ ਦੀ ਬਣਤਰ ਵਗੈਰਾ ਦੇਖੋ, ਥਣਾਂ ਦੀ ਪੂਰੀ ਸਾਫ਼ ਸੁਥਰੀ ਆ। ਤੇ 10 ਕਿਲੋ ਦੁੱਧ ਹਾਜ਼ਰ ਆ, ਤੇ ਸੂਈ ਨੂੰ ਅੱਜ 8-9 ਦਿਨ ਹੋ ਗਏ। ਅੰਦਾਜ਼ਾ ਇਹ ਲਈਏ ਤੁਹਾਡੇ ਤਜਰਬੇ ਹਿਸਾਬ ਨਾਲ, ਵਾਝੂ 2 ਕਿਲੋ ਦੁੱਧ ਹੋਰ ਜੀ? ਇਹ 15 ਕਿਲੋ ਹੋਈ ਜੀ, ਇਹਦਾ ਧਾਰੇ ਤੇ ਦਿੱਤੀ ਹੋਈ ਸੀ ਜੀ, ਆਪਣੇ ਆਪ ਦੇ ਕੋਲੇ ਹੁੰਦੀ, ਅੱਜ ਨੂੰ 15 ਲੀਟਰ ਚਵਾ ਦਿੰਦਾ। ਠੀਕ ਆ, ਧਾਰੇ ਦਿੱਤੀ ਹੋਈ ਸੀ? ਧਾਰੇ ਤੇ ਦਿੱਤੀ ਹੋਈ ਸੀ, ਸੇਵਾ ਨਹੀਂ ਕਰੀ ਬੰਦੇ ਨੇ, ਥੋੜੀ ਤਾਂ ਕਰਕੇ ਫਿੱਕੀ ਰਹਿ ਗਈ, ਹੈ ਨਾ, ਫਿੱਕੀ ਕਰਕੇ ਰਹਿ ਗਈ। ਠੀਕ ਹੈ, ਤੇ ਅੱਗੇ ਦੂਜੇ ਨੰਬਰ ਜਿਹੜੀ ਦੇਖੀਏ ਨਾ ਝੋਟੀ ਆਪਾਂ ਜੀ, ਇਹ ਦੂਜਾ ਸੂਆ ਬਾਈ ਜੀ, ਦੂਜਾ ਸੂਆ ਕਿਆ ਇੱਕ ਦਿਨ ਲੈਂਦੀ ਹੈ ਜੀ? ਇਹ ਲਊਗੀ 3-4 ਦਿਨ ਲਊਗੀ। ਇਹ ਵੀ ਆਪਣੇ ਸਾਹਮਣੇ ਕੱਪਣਾ? ਇਹ ਹਾਂ ਆਪਣੇ ਸਾਹਮਣੇ ਜੀ। ਠੀਕ ਹੈ, ਤੇ ਪਹਿਲੇ ਸੇ ਦੁੱਧ ਕਿੰਨਾ ਕੁ ਦਿੱਤਾ? ਸੂਏ ਦਿੱਤਾ ਹੈ 16 ਕਿਲੋ ਜੀ। 16 ਕਿਲੋ ਚੋੜਿਆ ਸੀ? ਹਾਂ, 16 ਕਿਲੋ ਹਾਰਾ ਹੈ ਜੀ। ਠੀਕ ਹੈ, ਤੇ ਮੁੱਲ ਇਹਦਾ ਕੀ ਕਰਦੇ ਆ ਜੀ? ਇਹਦਾ ਮੁੱਲ ਜੀ ਫੋਨ ਤੇ ਕਰਾਂਗੇ ਜੀ। ਤੋਰੇ ਬਾਹਰ ਨੇ ਉਹਨੂੰ। ਸੋ ਫਿਰ ਮੁੱਲ ਇਹਦਾ ਫੋਨ ਤੇ, ਉਹ 16 ਲੀਟਰ ਵੀਰ ਦੱਸ ਦਿਆ ਕਿ ਪਲੂਣ ਦਾ ਦੁੱਧ ਆਪਾਂ ਚੋਇਆ, ਤੇ ਬਾਕੀ ਥਣ ਲੇਵਾ ਦੇਖੋ ਸੋਹਣਾ ਸਾਫ਼ ਸੁਥਰਾ। ਥਣਾਂ ਦੀ ਝੋਟੀ ਦੇਖੋ, ਸਾਫ਼ ਆ ਪੂਰੀ, ਇਹ ਨਹੀਂ ਗੱਲ ਵੀ ਕੋਈ ਗੱਲਬਾਤ ਆ, ਠੰਡੀ ਸੀ ਲਾ ਪੂਰੀ, ਹੈ ਨਾ। ਠੀਕ ਹੈ, ਸੋ ਵੀਰ ਕਹਿੰਦਾ ਕੋਈ ਚੱਕਰ ਨਹੀਂ, ਚਾਹੇ ਸੂਪ ਹੀ ਸਵਾ ਕੇ ਵੀ ਦੇ ਦਾਂਗੇ, ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ। ਤੇ ਕੱਦ ਘੱਟ ਬਹੁਤ ਆ, ਪਲੀ ਪੁਲੀ ਵੀ ਦੇਖੋ, ਕਿਆ ਪਤਾ, ਪੂਰੀ ਸਾਫ਼ ਸੁਥਰੀ, ਜਿੰਦ ਜਾਣ ਦੇ ਵਿੱਚ ਆ ਝੋਟੀ। ਲੇਵਾ ਦੇਖੋ ਜਮਾ, ਫਿਰ ਲਾਹਦੇ ਲੇਵਾ ਸੂ ਤੱਕ ਜਮਾ ਜੀ, ਤੇ ਕੋਈ ਭਾਰ ਵਗੈਰਾ ਕੋਈ ਹੋਰ ਦਿੱਕਤ ਨਹੀਂ। ਠੀਕ ਹੈ, ਸੋ ਕਿਸੇ ਗੱਲੋਂ ਬੇਫਿਕਰ ਹੋ ਜਾਓ। ਅਤੇ ਬਾਕੀ ਸਿੰਗੀ ਸੁੰਗੀ ਜੀ ਦੇਖੋ, ਨਵਾਂ ਹਾਣ, ਕਿਆ ਪਤਾ, ਇਹੋ ਜਿਹਾ ਝੋਟੇ ਦੇ ਮੰਡੀ ਦੇ ਮੁੱਲ ਹੁੰਦਾ 2-2.5 ਲੱਖ ਰੁਪਈਆ, ਅਤੇ ਝੋਟੀ ਵੀ ਕਹਦੀ ਆ, ਕਿਆ ਪਤਾ, ਸਾਫ਼ ਸੁਥਰੀ, ਨਵਾਂ ਹਾਣ ਆ ਜਮਾ, ਜੈਨੂਅਨ ਦੂਜਾ ਸੂਆ, ਦੰਦੋਂ ਮੇਰੇ ਹਿਸਾਬ ਨਾਲ ਸਿੱਗੀ ਕਹੂ ਜਮਾ ਜੀ, ਹੈ ਨਾ। ਠੀਕ ਹੈ, ਸੋ ਇੱਦਾਂ ਝੋਟੀਆਂ 10-15 ਸੂਏ ਦੁੱਧ ਪੀ ਕੇ ਵੀ ਲੇਵਾ ਨਹੀਂ ਤੋੜਦੀਆਂ। ਸੋ ਦੇਖੋ ਲੇਵਾ ਲੂਵਾ, ਕਿਆ ਬਾਤ ਆ, ਪੂਰਾ ਸਾਫ਼ ਸੁਥਰਾ। ਅਤੇ ਚੋਣ ਚਵਾ ਜੀ ਓਕੇ ਸੀ ਬਾਈ? ਠੀਕ ਹੈ, ਮਾਲਾ ਸੀਲ ਠੰਡੀ ਆ ਪੂਰੀ ਜਮਾ, ਕੋਈ ਚੋਈ ਜਾਓ, ਉੱਠ ਕੇ ਪਵਾਓ ਉੱਥੇ ਬਾਲ ਦੀ ਡਰ ਕੇ ਆ ਜਾਓ। ਠੀਕ ਹੈ, ਤੇ ਅੱਗੇ ਨਾ ਤੀਜੇ ਨੰਬਰ 'ਤੇ ਆ ਗਿਆ ਕੱਟਾ, ਇਹ ਕਿਹੜੇ ਸਾਨ ਦਾ ਬੱਚਾ ਜੀ? 29 ਦਾ ਬਾਈ। ਅੱਛਾ, M29 ਦਾ? M29 ਦਾ। ਠੀਕ ਆ, ਪਰਵਾਹ ਵਸੇ ਕਰੇ ਆਪਣਾ? ਪਰਵਾਹ ਜੀ ਬਾਈ, ਮੱਝ ਦੇ।
ਠੀਕ ਹੈ, ਕੈ ਸਾਲ ਉਮਰ ਹੋ ਗਈ ਜੀ? 20 ਲੀਟਰ ਮੂਣੀ ਤਿਆਰ ਹੈ, ਮੀਨੀ ਮੀਨੀ ਸੱਜਾ ਮੀਨੀ ਬੈਠੀ ਦੀ ਮਾਂ। ਅੱਛਾ, ਮੀਨੀ ਮਾਂ ਜਿਹਦਾ ਪੇਟੋ ਪੈਦਾ ਹੋਇਆ? ਹਾਂ, ਉਹਦੇ ਪੇਟੋ ਪੈਦਾ। ਠੀਕ ਹੈ, 20 ਕਿਲੋ ਰਹਿੰਦੀ ਹੈ। 20 ਕਿਲੋ ਹੁਣ ਸੂਈ ਵੀ ਹੈ? ਹੁਣ ਇਹ 3-4 ਮਹੀਨੇ ਨੇ ਗੱਭੜਾ ਬਾਈ ਜੀ, ਹੁਣ ਕੱਟੀ ਹੈ, ਹੁਣ ਸਾਰੀ ਵੱਡੀ ਉਹ ਭਰ ਦਿੱਤੀ। ਠੀਕ ਹੈ, ਤੇ ਹੁਣ ਦੁੱਧ ਕਿੰਨਾ ਦਿੰਦੀ ਹੈ ਮੀਨੀ? ਹਾਂਜੀ, ਹੁਣ 5 ਕਿਲੋ ਦਿੰਦੀ ਹੈ ਬਾਈ। ਦੋਨੋਂ ਟਾਈਮ? ਇੱਕ ਟਾਈਮ ਹੁਣ 10 ਕਿਲੋ ਦੁੱਧ ਆ। ਹਾਂ, 10 ਕਿਲੋ ਦੁੱਧ ਹਾਜ਼ਰ ਆ। ਤੇ ਇਹ ਮੂੰਹੋ ਕਿਵੇਂ ਹੋ ਗਿਆ ਜੀ? ਇਹ 2 ਦੰਦ ਹੁਣੀ ਹੋਇਆ ਬਾਈ ਹਲੇ। ਤੇ ਮੇਲੇ ਮੂਲੇ ਤਾਂ ਨਹੀਂ ਪਾਏ ਕਿਤੇ? ਮੇਲੇ ਦੇ ਪਾਸ ਵੀ ਮਤਲਬ ਬਈ ਉਹ ਥੋੜਾ ਡਰ ਗਿਆ, ਫਿਰ ਅਸੀਂ ਉਹ ਨਹੀਂ ਕਰਿਆ ਬਈ। ਠੀਕ ਹੈ, ਤਰੌਲੇ ਤੇ ਲਗਾਏ ਸੀ? ਤਰੌਲੇ ਤੇ ਲਗਾਏ ਸੀ ਬਾਈ। ਠੀਕ ਹੈ, 2 ਦੰਦ ਲਗਭਗ 3 ਸਾਲ ਦੇ ਆਸ ਪਾਸ, 2.5 ਸਾਲ ਦੇ, ਹਨਾ? 2.5 ਸਾਲ ਦਾ ਹੋ ਗਿਆ ਬਈ, ਹੁਣੀ ਤੋੜੇ ਵਾਲੇ ਕੱਢਿਆ ਨਹੀਂ, ਮੇਲੇ ਤੇ ਖੀਰਾ ਦੀ ਜਮਾ। ਠੀਕ ਹੈ, ਮੰਨ ਲਓ ਤੀਜੇ ਸੂਏ ਨੇ ਮੱਝ ਹੁਣ ਕੱਪੜ ਹੋਈ ਹੈ ਹਜੇ। ਹਾਂ, ਸੁਭਰੋ ਕਿਆ ਬਾਤ ਹੈ, ਟੈਸਟੀਕਲ ਵਗੈਰਾ ਦੇਖੋ, ਪੂਰੇ ਸੋਹਣੇ ਸਾਫ਼ ਸੁਥਰੇ ਪੱਧਰੇ ਟੈਸਟੀਕਲ ਆ। ਆਹ ਚੀਜ਼ ਦੇਖ ਸਕਦੇ ਝੂੜੀ ਝਾੜੀ ਤੁਸੀਂ, ਬਹੁਤ ਚੰਗੀ ਸਾਫ਼ ਸੁਥਰੀ। ਤੇ ਐਮਨਤੀ ਦਾ ਬੱਚਾ ਹੈਗਾ, ਤੁਸੀਂ ਦੇਖੋ ਕੈਰੈਕਟਰ ਵਗੈਰਾ, ਮੂਤਰੀ ਵਗੈਰਾ ਦੇਖੋ ਜੀ, ਧੁੰਨ ਧੰਨ ਵਗੈਰਾ। ਤੇ ਪੂਰੀ ਸਾਫ਼ ਸੁਥਰਾ ਕੱਟਾ, 2 ਦੰਦ ਜਮਾਂ। ਤੇ ਮੱਝਾਂ ਮੁੱਝਾਂ ਕ੍ਰੋਸ ਕਰ ਲੱਗ ਗਿਆ ਜੀ ਹੁਣ? ਹਾਂ, ਬਸ ਬਈ ਆਪਦੀਆਂ ਮੱਝਾਂ ਦੀ ਛੱਡਦੇ ਹਾਂ ਬਸ, ਐ ਆਪਾਂ ਕੋਈ ਗੁਹਾਟੀ ਵਾਢੀ ਦੇ ਉਹ ਪਿੰਡ ਕੋਈ ਬਸ। ਜੇ ਕੋਈ ਮੱਝ ਲਵਾਉਣ ਆਏ ਛੱਡਦੇ ਨਹੀਂ ਆਪਾਂ? ਫਿਰ ਬਾਈ ਜੇ ਆਪਾਂ ਇਹ ਵੀ ਨਹੀਂ, ਕੋਈ ਅਗਲਾ ਕਹਿੰਦੇ 200 ਲੈ ਲਾਂਗੇ, 500 ਤੋਂ ਘੱਟ ਛੱਡਦੇ ਨਹੀਂ ਬਈ ਆਪਾਂ। ਠੀਕ ਹੈ, ਸੋ 500 ਰੁਪਿਆ ਜਾਇਜ਼ ਐਡੇ ਤਕੜੇ ਸਾਣ ਦੀ ਮੱਝ ਕ੍ਰੋਸ ਕਰਵਾਈ। ਸੋ ਦੇਖ ਕੇ ਬਾਕੀ ਟੈਸਟੀ ਗੱਲ ਵਗੈਰਾ ਦੇਖੋ, ਬਹੁਤ ਭਾਰੇ ਸਾਫ਼ ਸੁਥਰੇ। ਅਤੇ ਬਾਕੀ ਕੱਟੇ ਦੇ ਨਾੜਾ ਨੂੜਾ ਬਹੁਤ ਚੰਗੀਆਂ ਦਿਖਾਈ ਦਿੰਦੀਆਂ ਜਮਾਂ, ਪੂਰਾ ਸੋਹਣਾ ਸਾਫ਼ ਸੁਥਰਾ, ਚੰਗਾ ਸਾੜ ਬਣਨ ਵਾਲਾ ਹੈਗਾ, ਐਮਨਤੀ ਦਾ ਬੱਚਾ। ਅਤੇ ਮੂੰਹੋਂ 2 ਦੰਦ ਆ ਜਮਾ ਜੀ? 2 ਦੰਦ। ਅੱਛਾ, 2 ਦੰਦ ਹੋਏ ਹੀ ਹੋ ਫਿਰ ਤਾਂ ਜੀ, ਹੁਣੀ ਤੋੜਿਆ ਕੱਢਦਾ ਹੀ ਆ, ਕੱਢਦਾ ਹਜੇ ਦੰਦ, ਲਗਭਗ 25 ਕੁ ਮਹੀਨੇ ਉਮਰ ਆ ਸਬੀ ਸਾਰੀ ਇਹਦੀ ਫਿਰ। ਸੋ ਇਹ ਵੀ ਹੈਗਾ ਪਕਾਊ। ਅਤੇ ਇਹਦਾ ਮੁੱਲ ਕੀ ਰੱਖਿਆ ਜੀ ਆਪਾਂ ਫਿਰ? 2 ਲੱਖ ਰੱਖਿਆ ਬਾਈ ਜੀ। ਸੋ 2 ਲੱਖ ਰੁਪਈਆ ਇਹਦਾ ਕੱਟੇ ਦਾ ਹੈਗਾ ਮੁੱਲ, ਐਮਨਤੀ ਦਾ ਕੱਟਾ। ਇੱਕ ਦਿਖਾਤੇ ਆਪਾਂ ਸੋਨ ਝੋਟੀ, ਦੂਜਾ ਸੂਆ ਸੋਨ ਵਾਲੀ, ਤੇ ਇੱਕ ਪਲੂਨ ਸੂਈ ਵੀ। ਮੋਬਾਈਲ ਨੰਬਰ ਬੋਲਿਓ ਜੀ ਆਪਣਾ। 9995363296। ਠੀਕ ਹੈ, ਇੱਕ ਆਪਾਂ ਮੀਨੀ ਮੱਝ ਦਿਖਾ ਦੀ ਕਰਦੀ ਹੈ। ਠੀਕ ਹੈ, ਇਹ ਕਿਹੜਾ ਸੂਆ ਸੂਈ ਵੀ? ਤੀਜਾ ਖੂਬ ਮੇਰੇ ਸਾਹਮਣੇ ਸੁਣਿਆ, ਤੀਜਾ। ਹਾਂ, ਤੀਜੇ ਸੂ ਬਈ ਹੁਣ। ਅੱਛਾ, ਦੂਜੇ ਸੂਈ ਵੀ ਹੈ? ਦੂਜੇ ਸੂਈ ਹੋਈ ਹੈ। ਅੱਛਾ, ਇਹ ਦਿੰਦੇ 20 ਕਿਲੋ ਦੁੱਧ? 20 ਕਿਲੋ, ਹਾਂ ਬਈ, ਹਾੜਾ ਆਪਾਂ ਤੀਜੇ ਸੂਏ ਦਾ, ਦੂਜੇ ਸੂਏ 20 ਦਿੱਤਾ ਇਹਨੇ। ਠੀਕ ਹੈ, ਠੀਕ। ਮਾਂ ਥਲੇ ਆਪਾਂ ਪ੍ਰਦੀਪ ਨੇ ਦਵਾਈ ਤੇ ਇੱਥੋਂ ਢੱਡਰੀਆਂ ਤੋਂ 14-15 ਕਿਲੋ ਦੁੱਧ ਦਿੱਤੀ, ਉਹਦੀ ਕੱਟੀ ਹੈ, ਉਹਦੀ ਨਾਨੀ ਗਾਂ, ਉਹਦੀ ਕੱਟੀ ਦੀ ਕੱਟੀ ਹੈ। ਠੀਕ ਹੈ, ਗਾਂ ਰਵਾ ਬਣ ਗਿਆ ਕਰੇ। ਹਾਂ, 20 ਤੇ ਬਾਗ ਗਏ। ਸੋ ਵੀਰੋ, ਇਹ 3 ਨਾਗ ਬਾਈਆਂ ਕੋਲੇ ਸੇਲ ਆ, ਘਰ ਦੇ ਪਸ਼ੂ ਆ, ਕੋਈ ਵਪਾਰ ਨਹੀਂ। ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀ